ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ ਵਿਸ਼ਵਾਸ ਇੱਕ ਛੋਟਾ ਜਿਹਾ ਸ਼ਬਦ ਹੈ ਇਸ ਨੂੰ ਪੜਨ ਚ ਇੱਕ ਸੈਕਿੰਡ ਲੱਗਦਾ ਸੋਚਨ ਚ ਇੱਕ ਮਿੰਟ ਤੇ ਸਮਝਨ ਚ ਪੂਰਾ ਦਿਨ ਲੱਗ ਜਾਂਦਾ ਪਰ ਇਸ ਨੂੰ ਸਾਬਤ ਕਰਨ ਦੇ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਹੁਣ ਨਜ਼ਰ ਮਾਰਦੇ ਹੈਡਲਾਈਨਸ ਤੇ ਬਲੌਗਰ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਟਰੈਕਟਰਾਂ ਦੇ ਨਾਲ ਬੈਰੀਕੇਡ ਤੋੜ ਕੇ ਕਿਸਾਨ ਪਹੁੰਚੇ ਸੰਗਰੂਰ ਕਈ ਥਾਵਾਂ ਤੇ ਪੁਲਿਸ ਦੇ ਨਾਲ ਹੋਈਆਂ ਝੜਪਾਂ ਕਈ ਕਿਸਾਨ ਹਿਰਾਸਤ ਚਲੇ ਰੋਕਨਾ ਸਾਰੀਆਂ ਤੋੜਦੇ ਹੋਏ ਸੀਐਮ ਭਗਵੰਤ ਮਾਨ ਦੇ ਸ਼ਹਿਰ ਪਹੁੰਚੇ ਕਿਸਾਨ ਮਾਨਸਾ ਦੇ ਰੁਲਦੂ ਸਿੰਘ ਮਾਨਸਾ ਨੂੰ ਘਰ ਚ ਕੀਤਾ ਗਿਆ ਨਜ਼ਰਬੰਦ ਸਵੇਰੇ ਤੜਕੇ ਪੁਲਿਸ ਦੀ ਹੋਈ ਕਾਰਵਾਈ ਹਰਮਿੰਦਰ ਸਿੰਘ ਕਾਦੀਆਂ ਨੂੰ ਵੀ ਲਿਆ ਹਿਰਾਸਤ ਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਸੰਗਰੂਰ ਧਰਨੇ ਦੇ ਵਿੱਚ ਨਹੀਂ ਪਹੁੰਚ ਸਕੇ ਮਰੀਂਡਾ ਵਾਲੇ ਘਰ ਦੇ ਵਿੱਚ ਪਹੁੰਚੀ ਪੁਲਿਸ ਚਰਨਜੀਤ ਸਿੰਘ ਚੰਨੀ ਨੂੰ ਹਾਊਸ ਅਰੈਸਟ ਕੀਤਾ ਸਰਕਾਰ ਦੇ ਖਿਲਾਫ ਚੰਨੀ ਨੇ ਖੋਲਿਆ ਮੋਰਚਾ ਕਿਹਾ ੱਟਕਾ ਜ਼ਿਆਦਾ ਦੇਰ ਨਹੀਂ ਚੱਲਣਾ ਐਨਆਰਆਈ ਮਿਲਣੀ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਸਿਸਟਮ ਦੇ ਕਰਕੇ ਬਾਹਰ ਗਏ ਸੀ ਪੰਜਾਬੀ ਹੁਣ ਸਿਸਟਮ ਦੇ ਕਰਕੇ ਵਾਪਸ ਆ ਰਹੇ ਨੇ ਪੰਜਾਬੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਨੇ ਦਿੱਤਾ ਅਸਤੀਫਾ ਨਿੱਜੀ ਕਾਰਨ ਦੱਸਿਆ ਸੀਐਮ ਭਗਵੰਤ ਮਾਨ ਤੇ ਰਾਜਪਾਲ ਪ੍ਰੋਹਿਤ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਵਿਵਾਦ ਸੀਐਮ ਭਗਵੰਤ ਮਾਨ ਨੇ ਐਨਆਰਆਈਆਂ ਦੇ ਨਾਲ ਕੀਤਾ ਵੱਡਾ ਵਾਅਦਾ ਕਿਹਾ ਪਹਿਲਾ ਮੰਗ ਨਹੀਂ ਦੱਬੂ ਕੋਈ ਐਨਆਰਆਈ ਦੀ ਘੁੱਠੀ ਦੱਬੇ ਹੋਏ ਪਲਾਟ ਹੁਣ ਵਿਆਸ ਸਮੇਤ ਵਾਪਸ ਕਰਾਂਗੇ ਤੁਹਾਨੂੰ ਪਾਣੀ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਦਾਵਾ ਕਿਹਾ ਸਾਡੇ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਅਸੀਂ ਆਪਣਾ ਪਾਣੀ ਕਿਸੇ ਨੂੰ ਕਿਉਂ ਦੇਈਏ ਸਾਡੇ ਕੋਲ ਤਾਂ ਆਪਣਾ ਆਪਣੇ ਲਈ ਵੀ ਪੂਰਾ ਨਹੀਂ ਪੰਜਾਬ ਚ ਇੱਕ ਨਵਾਂ ਡੈਮ ਬਣਾਉਣ ਦਾ ਸੀਐਮ ਭਗਵੰਤ ਮਾਨ ਨੇ ਕੀਤਾ ਦਾਵਾ ਕਿਹਾ 216 ਮੈਗਾਵਾਟ ਬਿਜਲੀ ਹੋਰ ਕਰਾਂਗੇ ਪੈਦਾ ਇਸ ਦੇ ਨਾਲ ਬਿਜਲੀ ਸੰਕਟ ਹੋਵੇਗਾ ਦੂਰ ਬਾਬਾ ਵਕਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀਆਂ ਵਧੀਆਂ ਮੁਸ਼ਕਲਾਂ ਦਲਬੀਰ ਸਿੰਘ ਟੌਂਗ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ 2 ਸਾਲ ਪੁਰਾਣੇ ਚੈੱਕ ਬਾਉਂਸ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਸੁਣਾਇਆ ਹੁਕਮ 17 ਫਰਵਰੀ ਤੱਕ ਗ੍ਰਿਫਤਾਰ ਕਰਕੇ ਕਰਨਾ ਹੋਵੇਗਾ ਪੇਸ਼ ਅਰਵਿੰਦ ਕੇਜਰੀਵਾਲ ਵੱਲੋਂ ਭਾਜਪੀ ਤੇ ਲਗਾਏ ਗੇ ਆਪਰੇਸ਼ਨ ਲੋਟਸ ਦੇ ਇਲਜ਼ਾਮਾਂ ਦਾ ਮਾਮਲਾ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਚੁੱਕੇ ਸਵਾਲ ਤਰਨਤਾਰਨ ਬਠਿੰਡਾ ਹਾਈਵੇ ਤੇ ਲੁਟੇਰਿਆਂ ਨੇ ਵਪਾਰੀ ਤੋਂ ਖੋਈ ਗੱਡੀ ਪਿਸਤੌਲ ਦਿਖਾ ਕੇ ਵਪਾਰੀ ਨੂੰ ਧਮਕਾਇਆ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਮਜੀਠਾ ਹਲਕੇ ਦੇ ਪਿੰਡ ਸਿਆਲਕਾ ਚ 12 ਸਾਲਾ ਬੱਚੇ ਦੀ ਹੋਈ ਮੌਤ ਛੱਪੜ ਚ ਡੁੱਬਣ ਦੇ ਕਾਰਨ ਵਾਪਰਿਆ ਹਾਸਾ ਘਰ ਤੋਂ ਟਿਊਸ਼ਨ ਪੜਨ ਗਿਆ ਸੀ ਮਾਸੂਮ ਬੱਚਾ ਪਿੰਡ ਵਾਸੀਆਂ ਨੂੰ ਛੱਪੜ ਚ ਤੈਰਦੀ ਮਿਲੀ লাশ ਬੱਚੇ ਦੇ ਮਾਤਾ ਪਿਤਾ ਦੋਵੇਂ ਅੰਗਹੀਨ ਜਲਾਲਾਬਾਦ ਦੇ ਵਿੱਚ ਫਾਜ਼ਿਲਕਾ ਰੋਡ ਤੇ ਹੋਇਆ ਹੰਗਾਮਾ ਨਸ਼ੇੜੀਆਂ ਨੇ ਰੋਡਵੇਜ਼ ਬੱਸ ਦੇ ਵਿੱਚ ਵੜ ਕੇ ਕੀਟੀ ਗੁੰਡਾਗਰਦੀ ਬੁਰੀ ਤਰ੍ਹਾਂ ਦੇ ਨਾਲ ਪੰਨੀ ਬੱਸ ਡਰਾਈਵਰ ਦੇ ਨਾਲ ਕੀਤੀ ਕੁੱਟਮਾਰ ਬੱਦੀ ਫੈਕਟਰੀ ਅੱਗ ਹਾਦਸੇ ਦੇ ਮਾਮਲੇ ਦੇ ਵਿੱਚ ਨਵਾਂ ਅਪਡੇਟ ਰੈਸਕਿਊ ਆਪਰੇਸ਼ਨ ਦੇ ਦੌਰਾਨ ਮਿਲੀਆਂ 5 ਦੇ ਕਰੀਬ ਲਾਸ਼ਾਂ ਡੀਜੀਪੀ ਸੰਜੇ ਕੁੰਡ ਨੇ ਕਿਹਾ 13 ਲੋਕ ਹਾਲੇ ਵੀ ਲਾਪਤਾ ਤਲਾਸ਼ ਜਾਰੀ ਹਾਦਸੇ ਸਮੇਂ ਫੈਕਟਰੀ ਅੰਦਰ ਮੌਜੂਦ ਸਨ 85 ਮਜ਼ਦੂਰ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇਗਾ ਭਾਰਤ ਰਤਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ ਭਾਜਪਾ ਦੇ ਸੀਨੀਅਰ ਲੀਡਰ ਨੇ ਅਡਵਾਨੀ ਟਰੱਕ ਤੇ ਟੈਕਸੀ ਡਰਾਈਵਰਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ ਆਰਾਮ ਕਰਨ ਦੇ ਲਈ ਨੈਸ਼ਨਲ ਹਾਈਵੇ ਤੇ ਬਣਾਏ ਜਾਣਗੇ 1000 ਸੁਵਿਧਾ ਕੇਂਦਰ ਚਾਲਕਾਂ ਲਈ ਰੈਸਟ ਹਾਊਸ ਪਖਾਨੇ ਤੇ ਪੀਣ ਵਾਲੇ ਪਾਣੀ ਦਾ ਕੀਤਾ ਜਾਵੇਗਾ ਪ੍ਰਬੰਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਐਲਾਨ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਸੀਬੀਆਈ ਦੀ ਟੀਮ ਦਿੱਲੀ ਦੇ ਮੁੱਖ ਮੰਤਰੀ ਨੂੰ ਕ੍ਰਾਈਮ ਬ੍ਰਾਂਚ ਨੇ ਸੌਂਪਿਆ ਨੋਟਿਸ ਵਿਧਾਇਕਾਂ ਦੇ ਖਰੀਦ ਫਰੋਖਤ ਦੇ ਨਾਲ ਜੁੜਿਆ ਹੋਇਆ ਮਾਮਲਾ ਜ਼ਿੰਦਾ ਹੈ ਅਦਾਕਾਰਾ ਪੂਨਮ ਪਾਂਡਿਆ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮੌਤ ਦਾ ਝੂਠ ਬੋਲਣ ਸਬੰਧੀ ਮੰਗੀ ਮਾਫੀ ਕਿਹਾ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਇਹ ਸਭ ਕੀਤਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਸ ਦੀ ਪਤਨੀ ਨੂੰ ਗੈਰ ਕਾਨੂੰਨੀ ਵਿਆਹ ਦੇ ਦੋਸ਼ 'ਚ 7 ਸਾਲ ਦੀ ਹੋਈ ਸਜ਼ਾ ਇਸ ਤੋਂ ਪਹਿਲਾਂ ਤੋਸ਼ਾਖਾਨਾ ਮਾਮਲੇ ਦੇ ਵਿੱਚ ਇਮਰਾਨ ਖਾਨ ਨੂੰ 10 ਸਾਲ ਦੀ ਹੋਈ ਸੀ ਕੈਦ ਹੈਲਾਈਟਸ ਦੇ ਵਿੱਚ ਇਨਾ ਹੀ ਮਿੰਦੋ ਇਜਾਜ਼ਤ ਧੰਨਵਾਦ